हाँ जी, सत श्री अकाल सारिआं नूं। की हाल आ जी, कैम आ सिहतां, होर सुणाओ नवीं ताजी। तां बाकी इक फार्मूला लग्गिआ सी आपणे हत्थ, तां उह वी फार्मूला की उहदा तजर्बा वाला काम ही हो गिआ। ते आपणा भरा ते आपणे नाल काफ़ी टाइम हो गिआ जुड़े नूं, तां उहदे कोले मगरले सूए वी बहुत वड्डी प्रॉब्लम रही आ झूठी नूं, मझ नूं भार दी समस्या, पिछा दिखाउणा जिहनूं आपणे कह हुंदे आ, तां आम तां इहदा करके जदों समस्या बहुत वड्डी सीगी। ਤਾਂ ਉਹ ਕਿਸੇ ਭਰਾ ਨੂੰ ਮਿਲਿਆ, ਕੋਈ ਦੇਸੀ ਵਪਾਰੀ, ਬਹੁਤ ਭਰਾਵਾਂ ਕੋਲ ਨੁਕਤੇ ਪਏ। ਤੁਹਾਨੂੰ ਦੱਸੇ ਨਾ ਵੀ ਅੱਗੇ ਵੀ ਜਦੋਂ ਸਾਂਝਾ ਵੀ ਤੁਸੀਂ ਕਈ ਵਾਰੀ ਕਰਿਆ ਕਰੋ, ਜਿਹੜੀ ਚੀਜ਼ ਦਾ ਨਹੀਂ ਪਤਾ ਹੁੰਦਾ ਵੀ ਉਹ ਆਪਾਂ ਭਰਾਵਾਂ ਨਾਲ ਸਾਂਝੀ ਕਰਿਆ ਕਰਾਂਗੇ, ਅਤੇ ਜੇ ਆਪਾਂ ਉਹੀ ਨੁਕਤਾ ਸਾਂਝਾ ਕਰਿਆ ਕਰਾਂਗੇ ਤਾਂ ਸਾਰਿਆਂ ਦੀ ਫਾਇਦਾ ਹੁੰਦਾ ਉਹਦਾ, ਇਕੱਲੇ ਦਾ ਨਹੀਂ। ਜਾਂ ਚੱਕ ਬੱਠਲਾ ਹੋਰ ਹੈ ਨਾ, ਬਸ ਉਹ ਡੁੰਮ ਜਿਹਾ ਭਰ ਜੂ, ਬਸ ਇੱਕ ਬੱਠਲਾ ਹੀ ਹੋਰ ਲੈਣਾ, ਬਸ ਉਦੋਂ ਬਾਅਦ ਨਹੀਂ ਲੋੜ ਨਹੀਂ। ਅਤੇ ਬਾਕੀ ਅਜੇ ਰੇਤਾ ਆਇਆ ਵਾ ਸੀ, ਕੱਕਾ ਜਮਾਂ ਅਤੇ ਖੰਡ ਵਰਗ ਹੈ, ਅਤੇ ਪਹਿਲਾਂ ਵਾਲਾ ਰੇਤਾ ਥੋੜ੍ਹਾ ਜਿਹਾ ਮਸਾ ਮਕਾਇਆ, ਉਹ ਮਿੱਟੀ ਦੀ ਚੱਸ ਜੀ ਸੀ ਉਹਦੇ ਉੱਤੇ, ਜਦੋਂ ਪਸ਼ੂ ਬਾਥਰੂਮ ਕਰ ਦਿੰਦਾ ਉਹ ਉੱਥੇ ਗਿੱਲਾ ਹੋ ਜਾਂਦਾ ਅਤੇ ਗਾਰਾ ਮਤਲਬ ਨਿਕਲਦਾ। ਅਤੇ ਮੈਨੂੰ ਆਹ ਫੋਨ ਆਈ ਮੰਗਾਇਆ, ਇਹਦੇ ਵਿੱਚੋਂ ਪਹਿਲਾਂ ਮੈਂ ਫੋਟੋ ਭੇਜੀ, ਚੀਜ਼ਾਂ ਦੋ ਹੀ ਹੈ, ਚੀਜ਼ਾਂ ਸਿਰਫ ਆਉਣ ਲਈ ਦੋ ਹੈ, ਤਾਂ ਦੋ ਚੀਜ਼ਾਂ ਨਾਲ ਹੀ ਤੁਹਾਨੂੰ ਪਤਾ ਵੀ ਬਹੁਤ ਫਰਕ ਹੈ। ਜਿੱਥੋਂ ਕਹਿੰਦੇ ਨਹੀਂ ਹੁੰਦੇ ਆਪਣੇ, ਜਦੋਂ ਆਰਾਮ ਆਉਂਦਾ ਤਾਂ ਕਹਿੰਦੇ ਸਵਾਦ ਹੀ ਚੂੰਡੀ ਤੋਂ ਆਰਾਮ ਆ ਜਾਂਦਾ, ਅਤੇ ਨਹੀਂ ਆਰਾਮ ਆਉਂਦਾ ਨਹੀਂ, ਹੈ ਨਾ। ਤਾਂ ਉਹੀ ਗੱਲ ਹੈ ਵੀ ਜੇ ਹੁਣ ਇਵੇਂ ਜਿਕਰੀ ਆਪਾਂ ਗੱਲ ਕਰੀਏ ਭਾਰ ਪੈਣ ਦੀ, ਜਿਹੜੀ ਭਾਰ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ, ਜੇ ਆਮ ਤੁਸੀਂ ਮੰਨ ਲਾ ਜਦੋਂ ਭਾਰ ਪੈਂਦਾ ਪਸ਼ੂ ਦੇ, ਜੇ ਆਮ ਹੀ ਆਪਾਂ ਜਦੋਂ ਟੀਕੇ ਟੱਲੇ ਆ ਜਿਹੜੇ ਉਹ ਲਾਉਣੇ ਆ ਆਪਾਂ, ਤਾਂ ਫਿਰ ਪਸ਼ੂ ਕਈ ਵਾਰੀ ਠੰਡੇ ਟੀਕੇ ਵਾਲੇ ਲੱਗੀ ਜਾਂਦੇ ਆ, ਪ੍ਰੋਪਰ ਦੁੱਧ 'ਤੇ ਨਹੀਂ ਆਉਂਦਾ ਪਸ਼ੂ, ਤਾਂ ਇੱਦਾਂ ਹੀ ਪ੍ਰੋਬਲਮ ਪੈਂਦੀ ਰਹਿੰਦੀ ਆ ਸਾਰਿਆਂ ਨੂੰ। ਕਿਤੇ ਛੱਟੀ ਗਏ ਨਾ, ਲੈ ਇਹ ਭੰਨਤਾ ਸੀਸਾ ਹੋਏ, ਹੈਂ ਭੰਨਤਾ, ਭੰਨ ਕਦੋਂ ਦਿੱਤਾ, ਕੀ ਕਹਿੰਦਾ ਸੀ ਤੈਨੂੰ, ਹੈਂ ਕਦੋਂ ਤੋੜਤਾ ਉੱਤ, ਦੱਸ ਫਿਰ, ਪਹਿਲਾਂ ਰੀਜ਼ਨ ਦੱਸਿਆ ਕਰ। ਅੱਛਾ ਵੀ ਤੂੰ ਤਾਂ ਭੰਨਿਆ ਵੀ ਵਿੱਚੋਂ ਛੋਟਾ ਬਲਬ ਦੇਖਣਾ ਸੀ ਤੂੰ ਵੀ ਕਿਵੇਂ ਤਾਰ ਪੈਂਦੀ ਉਹਦੇ 'ਚ। ਓਕੇ ਠੀਕ ਹੈ, ਚੱਲ ਓਕੇ ਆ, ਹੈ ਨਾ ਠੀਕ ਹੈ। ਤਾਂ ਹੀ ਤੈਨੂੰ ਆਖਿਆ ਵੀ ਸੱਚ ਦੱਸਿਆ ਕਰ, ਫਿਰ ਨਹੀਂ ਤੂੰ ਕੁਛ ਵੀ ਕਹਿੰਦਾ। ਤਾਂ ਇੱਕ ਦੋ ਆਪਾਂ ਚੀਜ਼ਾਂ ਦੀ ਗੱਲ ਕਰਨੀ, ਇੱਕ ਆਪਾਂ ਗੱਲ ਕਰਨੀ ਇਹਦੇ ਚੱਡੇ ਦੀ, ਜਿਹੜੀ ਚੱਡੀ ਚੱਡਾ ਸਾਈਡ ਚੱਕ ਜਾਂਦਾ। ਹੁਣ ਗੱਲ ਰਹੀ ਭਾਰ ਦੀ ਗੱਲ ਆ, ਹੈ ਨਾ, ਚਲੋ ਵੇਚ ਦੀ ਫਤਿਹ ਨਾਲ ਗੱਲਾਂ ਬਾਤਾਂ ਲੱਗ ਗਏ ਸੀਗੇ, ਅਤੇ ਜੇ ਭਾਰ ਵਾਲੀ ਆਪਾਂ ਹੁਣ ਤੁਹਾਨੂੰ ਉਹੀ ਵੀਡੀਓ ਆਪਾਂ ਪਾਉਣੇ ਹਾਂ, ਆਹ ਸੋਰੀ ਸਮਾਨ ਦੱਸਦੇ ਹਾਂ ਤੁਹਾਨੂੰ, ਤਾਂ ਮੈਂ ਉਹ ਫੋਨ ਦੇ ਵਿੱਚੋਂ ਕੱਢ ਲਾਂ, ਤਾਂ ਇਹਦਾ ਪੱਕਾ ਜੇ ਭਾਰ ਦੀ ਤੁਹਾਨੂੰ ਉਹੀ ਗੱਲ ਦਾ ਰੀਜ਼ਨ ਦੱਸਦੇ ਹਾਂ। ਬਾਕੀ ਆਮ ਜਿੱਥੋਂ ਵੀ ਆਪਾਂ ਦਵਾਈਆਂ ਵਰਤਦੇ ਹਾਂ, ਦੇਖੋ ਜੇ ਦਵਾਈਆਂ ਵਰਤੇ ਕਈ ਵਾਰ ਤਾਂ ਕਿਸੇ ਨੂੰ ਤਾਂ ਆ ਜਾਂਦਾ ਦਵਾਈ ਨਾਲ ਆਰਾਮ, ਅਤੇ ਨਹੀਂ ਚਾਰ ਕੁ ਦਿਨ ਦਿਖਾਉਣ ਹਟਦੀਆਂ ਫਿਰ ਉਵੇਂ ਜਿਕਰੀ ਪੈਣ ਲੱਗ ਜਾਂਦਾ, ਅਤੇ ਉਹਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਮੁੜ ਕੇ ਇਸ ਚੀਜ਼ ਦੀ। ਤਾਂ ਇਹ ਸਮੱਸਿਆ ਤੋਂ ਬਚਣ ਵਾਸਤੇ ਹੀ ਆ ਇਹ, ਅਤੇ ਚੀਜ਼ਾਂ ਦੋ ਹੀ ਆ, ਅਤੇ 13 ਕੁ ਪੁੜੀਆਂ ਬਣਾਈਆਂ ਸੀਗੀਆਂ ਉਹਨੇ ਬਾਈ ਨੇ, ਅਤੇ 13 ਪੁੜੀਆਂ ਦੇਣੀਆਂ, ਤਾਂ ਉਹਦੇ ਇੰਨਾ ਕੁ ਜ਼ਿਆਦਾ ਉਹਨਾਂ ਦੀ ਮੱਝ ਦੇ ਮੰਨ ਲਓ ਝੋਟੀ ਜਿਹੜੀ ਸੀਗੀ ਵੀ ਮਗਰਲਾ ਜਿਹੜਾ ਸੂਆ ਸੂਈ ਆ, ਬਹੁਤ ਪ੍ਰੋਬਲਮ ਸੀਗੀ, 7ਵੇਂ ਮਹੀਨੇ ਤੋਂ 8ਵੇਂ ਮਹੀਨੇ ਤੋਂ ਪਹਿਲਾਂ ਦਿਖਾਉਣ ਲੱਗ ਜਾਂਦੀਆਂ, ਅਤੇ ਤੰਗ ਸੀਗਾ ਜਾਣੀ ਕਿ ਭਰਾ ਪੂਰਾ। ਅਤੇ ਉਦੋਂ ਬਾਅਦ ਕਿਸੇ ਵਪਾਰੀ ਨੇ ਉਹਨੂੰ ਦੱਸਿਆ ਵੀ ਯਾਰ ਭਾਰ ਵਾਸਤੇ ਪੱਕਾ ਇਲਾਜ ਆ ਵੀ ਤੂੰ 13 ਪੁੜੀਆਂ ਹੀ ਦੇਣੀਆਂ, ਜੇ 13 ਪੁੜੀਆਂ ਦੇਤੀਆਂ ਤਾਂ ਗੱਲ ਬਣ ਜੂਗੀ, ਹੈ ਨਾ। ਤਾਂ ਉਹ ਬਾਈ ਕਹਿੰਦਾ ਵੀ ਬਾਈ ਮੈਂ ਅੱਜ 13ਵੀਂ ਪੁੜੀ ਅੱਜ ਹੈ, ਪਰ 2-3 ਪੁੜੀਆਂ ਦੇਣ ਤੋਂ ਬਾਅਦ ਬਾਈ ਭਾਰ ਦਿਖਾਈ ਦੇਣ ਨੂੰ ਹਟ ਗਿਆ, ਉਹ ਕਹਿੰਦਾ ਠੀਕ ਹੈ। ਉਦੋਂ ਬਾਅਦ ਅੱਜ ਵੀ ਗੱਲ ਹੋਈ ਸੀ, ਕੱਲ੍ਹ ਵੀ ਗੱਲ, ਡੇਲੀ ਉਹਦੇ ਨਾਲ ਗੱਲ ਹੁੰਦੀ ਹੈ, ਚਲੋ ਹੈ ਨਾ, ਜਦੋਂ ਪਿਆਰ ਹੁੰਦਾ ਭਰਾ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ। ਉਹ ਕਹਿੰਦਾ ਬਾਈ ਜੀ ਜਮੀ ਯਾਰ, ਕੋਈ ਟੈਨਸ਼ਨ ਫਰੀ ਹੋ ਗਏ, ਕਹਿੰਦਾ ਇੱਕ ਭੋਰਾ ਵੀ ਨਹੀਂ ਕਹਿੰਦਾ ਭਾਰ ਪੈ ਰਿਹਾ ਭੋਰਾ ਵੀ, ਜੇ ਆਪਾਂ ਕਹਿੰਦਾ ਕਹਿ ਦਈਏ ਨਾ ਵੀ ਭਾਰ ਵੀ ਉਹ ਆ ਜ਼ਿਆਦਾ ਆ, ਤਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਅੱਗੇ ਵੀ ਜਿਵੇਂ ਆਹ ਮੱਝ ਇੱਥੇ ਖਰਾਬ ਹੋ ਗਈ ਸੀ ਇਹਦੇ, ਹੁਣ ਜਦੋਂ ਕਿਰਨ ਚੋਣ ਲੱਗ ਰਹੀਆਂ ਤਾਂ ਪੂਰੀ ਹੈਲਦੀ ਚੱਲਦੀ ਆ, ਹੈ ਨਾ, ਕਿਉਂਕਿ ਦੁੱਧ ਉਹੀ 2-2.5 ਲੀਟਰ ਹੀ ਦੇਣਾ ਹੁੰਦਾ ਟਾਈਮ ਹੁੰਦਾ ਇਹਨੇ, ਇਹ ਤਾਂ ਵਿਚਾਰੀ ਦਾ ਸੂਏ ਖਰਾਬ ਹੋ ਗਿਆ, ਹੈ ਨਾ। ਤਾਂ ਇਸ ਵਾਰ ਮਤਲਬ ਪਰ ਸਾਹਮੀ ਵੀ ਫਿਰ ਵੀ ਉਨੀ ਹੈ ਵੀ ਯਾਰ ਇਹਨੂੰ ਅਹਿਸਾਸ ਨਾ ਹੋਵੇ ਵੀ ਮੈਂ ਦੁੱਧ ਨਹੀਂ ਦਿੰਦੀ, ਠੀਕ ਹੈ, ਕਿਉਂਕਿ ਪਸ਼ੂ ਦਾ ਜਦੋਂ ਦਿਲ ਹੀ ਨਹੀਂ ਖੁਸ਼, ਹਾਰਮੋਨ ਆ ਜਿਹੜੇ ਉਹ ਚੇਂਜ ਹੋ ਜਾਂਦੇ ਆ ਜਦੋਂ ਮੱਝਾਂ ਦੇ ਕੋਈ ਵੀ ਬੱਚਾ ਮਰ ਜਾਂਦਾ, ਬਸ ਇਸੇ ਕਰਕੇ ਪ੍ਰੋਬਲਮ ਪੈਂਦੀ ਹੈ, ਹੈ ਨਾ। ਤਾਂ ਬਾਕੀ ਦੇਖੋ ਲੈਂਦੀਆਂ ਇਕੱਠੀਆਂ ਵੀ ਨਜ਼ਾਰਾ, ਤਾਂ ਬਾਕੀ ਆ ਮੱਖ ਮੁੱਖ ਹੁਣ ਤਾਂ ਊਂ ਕੰਟਰੋਲ 'ਚ ਹੈ ਥੋੜ੍ਹੀ ਜਿਹੀ, ਕਿਉਂਕਿ ਮੱਖ 'ਚ ਵਾਰੀ ਵਾਰੀ ਸਪਰੇਅ ਕਰਦੇ ਹਾਂ ਦੁਬਾਰੇ ਫੇਰ ਆ ਜਾਂਦੇ, ਇੱਕ ਹੁਣ ਆਮ ਮੱਖੀ ਜੀ ਵੀ ਆ, ਪਰ ਜਿਹੜੀ ਬਰੀਕ ਜੀ ਮੱਖ ਆ ਜਦੋਂ ਆਈ ਹੈ ਉਹਨੇ ਬੜੇ ਧੱਫੜ ਪਾਏ ਪਸ਼ੂਆਂ ਦੇ, ਉਦੋਂ ਬਾਅਦ ਉਹ ਦਵਾਈ ਪੜੂਆਈ ਵਾਲੀ ਕੀਤੀ ਅਤੇ ਮੱਖ ਜੀ ਬਰੀਕ ਮਰ ਗਈ, ਹੁਣ ਮਾਰ ਦੇਈਦਾ। ਹੁਣ ਟਾਮੀ ਟਲੀ ਮੱਖ ਤਾਂ ਫਿਰ ਵੀ ਚਲੋ ਆਉਂਦੀ ਰਹਿੰਦੀ ਆ, ਉੱਡਦੀ, ਹੈ ਨਾ, ਹਟ ਜਾ ਹਟ ਜਾ। ਹੁਣ ਇਹਨੂੰ ਮਿੱਟੀ ਦੇਖ ਕੇ ਪੂਰੀ ਚੰਬਲ ਦੀ, ਕੀ ਦਿੱਲੀ ਵਾਲੀ ਦਾ ਬਦਲ ਦੂੰ ਬਦਲ ਦੂੰ ਬਦਲ ਦੂੰ, ਇਹ ਸੰਗਲ ਵਸਾਉਂਦੀ ਆ ਪਰਲੇ ਸਿੰਘ 'ਚ ਵੀ, ਹੈ ਨਾ, ਪਰਲੇ 'ਚ ਵਸਾਉਂਦੀ ਆ ਇਹ ਸੰਗਲ, ਉਹ ਠੀਕ ਹੈ। ਅਤੇ ਉਹ ਆਪਾਂ ਗੱਲ ਕਰੀਏ ਤਾਂ ਭਾਰ ਦੀ, ਅਤੇ ਉਹਦੇ ਵਿੱਚ ਤੁਸੀਂ ਇਹਦੇ ਵਿੱਚ ਭਰਾ ਨੇ ਲਿਖ ਕੇ ਵੈਸੇ ਭਾਰ ਦੀ ਦਵਾਈ, ਠੀਕ ਹੈ, ਇਹਦੇ 'ਚ ਕਾਰ ਸਪਾਰੀ ਹੈ,
सुपारी आप कह दें 100 ग्राम लेनी है जमा सही, तो 100 ग्राम ले लेनी आ जी सुपारी है जी। उदू बाद ताज का सक, ताज का सक है ये 1 किलो है, 100 ग्राम कार सुपारी, ताज का सक 1 किलो, ठीक है जी। दोनों चीज़ें ही है ये, दोनों चीज़ों तुम्हें पीसना पूरा चंगी तरह बरीक करके, इनू तुम्हें की करना है मतलब यदि 13 पुड़ियाँ बनाइया से उन्हें बई ने भी 13 को कहना मैं बना लिया थोड़ा वध लिया से, यदि 11 पुड़ियाँ बन दी 100 ग्राम रोज़, 100 ग्राम की डेली 11 पुड़ियाँ बनाया दी 100 ग्राम डेली देनी है, ठीक है जी। तो जिहड़े भी वीर नूं इह सुण के एक बार अजमा के तो जरूर देखना चाहिए, कहिंदे हुंदे जदों आराम आउंदा तां सवादी चूंडी तो आ जांदा, तो नहीं लखां रुपये आपां ला लईए तां वी नहीं आराम आउंदा, है ना। तो यही गल है, तो भी जिहड़ा सैट मैं दसना चाहिए एक दूजे नाल, जिहड़े फार्मूले सांझे करने चाहिए आ, जे आपां एक दूजे दे नाल सांझे भी करांगे तां इह अपना भी फायदा अगले का भी फायदा, ठीक है। कर भला हो भला अंत भले दा भला, वो गल हुंदी आ। जब मैं सुती पई है ना, कोई टेंशन नहीं। तो जिहड़ियां ये दोनों चीज़ा भी कार सुपारी 100 ग्राम ताज का सक 1 किलो पीस के बरीक बना के, बरीक बनाने तो बाद ओनली 100 ग्राम डेली देना, 1 पुड़ी बना के जिमें दाने च दे दो, काहे च मर्जी दे दो, पिनी बना के दे दो, कुछ मर्जी दे दो, तो यह देने तो बाद 3-4 दिन के सूँ रिजल्ट मिल जाना। तो जिहड़े जिहड़े भरावां नूं रिजल्ट मिलिया तो वह वीडियो नूं जरूर शेयर भावें बाद कर दे, कोई गल नहीं पहला नहीं करनी, तो शेयर भी जरूर करो, तो ठीक है। गाह अपने होर भरावान का भी फायदा हो जाता, ठीक है। तो वीर ने मेरे ना काफ़ी दिन बई कहता भी बई मैं देनी स्टार्ट करती भी, वह कहता भी पक्का ला जी आप देखा, उदू बाद जो बई 2 साल का दुखी हों ती बई वो बंद ने दवाई दिती तो बई नज़ारा आ गया, ठीक है। वह जी चीज़ देखो आपू सारे जरूरत पऊ फार्मा तो, यह जे देसी नुकते ये सारे रखने पैणगे आपके को, देसियों के नाल अंग्रेजी नुकत्या देसी फायदेमंद है, सस्ते आ, यकीनी आ, तो इलाज पक्का 100% तो नहीं। जिहड़े अपने फार्मर है धक्के खाने वाला काम हो जाता, यह चीज़ा अपने घर जरूरी है, जे ये चीज़ा अपने घर जरूरी है तो आप कदों भी मर्जी वह कर सकते हैं भी अपने पशु का आप इलाज खुद कर सकते हैं, ठीक है। सब तो वड्डी गल आ जाती है, तो नहीं सब तो जिहड़ा सैट मैं ये नहीं वधिया नहीं बनता, वधिया इसलिए नहीं बनता फिर मुड़ के परेशान हो जाने, बारी बारी भजदे हैं उही दुध का टाइम हों, नागनी भी हजे बाहर कढ़दे सन अगे भी दस मैं लिपड़ की लुपड़ तो वाली है, कोई पूछा नहीं बालियाँ ज्यादा मारती है, तो भी औखे होने वाली गल ही होंगी है ना, थां थां भज लो उन्हें दसता उन्हें भज लो। तो दूजी गल आप करते आर्डर की, जिहड़ा आर्डर भी पक गया कहण दा भाव भी मगरले सूयां दे विच कोई फड पै गए, तो 1-2 सूए जिवें आपां पहलां शुरू तो जमांदरू इहदे पै गया सी, हो सकदा इहदे जमांदरू ही होवे जिवें भी आप कह नहीं सकते, पर जिहड़े जिवें ये इन्हें साइड चकनी स्टार्ट की तो आप नवी लिया सी, उदू बाद आके अपने को थोड़ी जी वध होई गई, तो हुण जिहड़ी इहदी दवाई है दवाई चलती है इहदी तो उहदा भी रिजल्ट दसांगे भी, वह कहिंदे भी लगातार जे यकीननी तुसीं 3 टाइम देनी आ तो 15-18 दिन के भी ये साइड प्रोपर हूँ भी कर देंगे, तो 19-21 का जो फर्क रह गया तो वह जो सून वाली हुई उदो हो जाऊ वो हूँ जोड़ा वो फार्मूला तो होम्योपैथिक का मैनू वह दवाई भेजी है उन्हें, तो साढ़े वाला समूह लिया कहना भी आप लगातार ही देनी है जिदा दुध घट है वह वास्ते भी है, जिदा आर्डर की साइड चाह की वास्ते भी इनू भी दवाई दें, इनू भी जी दवाई दें 2-4 दिन 5 दिन हूँ लगातार देनी स्टार्ट करती, लगातार दे के सूँ दसागे भी रिजल्ट किमें मिलया, ठीक है। तो ये चीज़ एक अगे नए भी दसो भी जी मज़ा अगे फर्क लगे सूँ कि नहीं लग्या, क्योंकि मैंने तो लगे भी जो पछलियाँ पछलियाँ हड जो लोग गए कले ऊँ हड रह गए, क्योंकि वजन बहुत पाने वाला मझ बहुत ज़्यादा वजन, तो सारिया मझा आह हड आ जोड़े चौड़े आ जो भर गई तो सिर सोरा सिंक सुंक जो छोटे आटोमैटिक लगन लग जाएंगे, चर्बी बहुत भरनी है ये, तो यदा भी जोड़ा है वह भी मैं थोड़े साझा करूँगा बई फार्मूला, ठीक है जी। ये टैशन का टीका लाता जी परमपाल वाला, ये पहला चक्करवाई सी खाली रह गई, एक हरियाणा वाली मझ खाली एक ये खाली है, दोनों मझा खाली सी, ये हीट दोबारा कढ़ गई चक्करन तो बाद ही, तो ये टीका लाता टैशन का, गाह देखो कितों रहू या ना रहू रब नूं पता, तो ये आई जानी कि ये करती आप, चीज़ा अपन जरूरी है मतलब भी अपने भी फार्मा के उत्ते अपन जरूरी है, ये नुकते है जोड़े कोई भी है जिद अपना खर्चा घट हो तो यकीननी मतलब कोई ना कोई इलाज हों रहा आ, तुम देखा जो आई है तो आर्डर उदो भी देखे चलो हूँ तो गब्बन है, अद्ध गब होगी अद्ध गब तो माड़ी मोटी ज्यादा होगी, हूँ 5-5.5 महीने की होगी मेरे हिसाब ना, ये तो उदू बाद दुध होगा 12 किलो, पर आ साइड के उत्तों जो आप लिया 18-19 लीटर दुध तो चोया करे
ਤਾਂ ਪਰ ਇੱਕ ਸਾਈਡ ਤੇ ਤੋਂ ਬਾਲਟੀ ਧਰ ਕੇ ਚੁੰਦੇ ਸੀ, ਇੱਕ ਸਾਈਡ ਤੋਂ 3.5 ਲੀਟਰ ਦਾ ਦੋਨੇ ਟਾਈਮਾਂ ਦਾ ਫਰਕ ਸੀਗਾ, 3.5 ਲੀਟਰ ਘੱਟ ਆਉਂਦਾ ਸੀ ਦੁੱਧ ਤੇ ਨਾਲੇ ਇਹ ਸਾਈਡ ਚੱਕੀ ਜਾਂਦੀ ਹੌਲੀ ਹੌਲੀ। ਤਾਂ ਉਹ ਟਾਈਮਾਂ ਤੇ ਉਹ ਹੋਮੋਪੈਥਿਕ ਦਵਾਈਆਂ ਜਾਂ ਹੋਰ ਦੇ ਕੇ ਜ਼ੋਰ ਬਹੁਤ ਲਾਇਆ ਪਰ ਸੈੱਟ ਨਹੀਂ ਹੋਈ ਹੈ ਨਾ, ਦੁੱਧ ਵੀ ਨਹੀਂ ਪੂਰਾ ਹੋਇਆ ਤੇ ਖੜ ਗਿਆ ਸੀ ਪ੍ਰੋਪਰ, ਉਹ ਜ਼ਿਆਦਾ ਨਹੀਂ ਘਟਿਆ ਸੀ। ਹੁਣ ਜਿਹੜੀ ਦਵਾਈ ਹੈ ਚਟਾਇਰ ਕਰਵਾਈ ਹੈ ਉਹ ਇਸੇ ਕਰਕੇ ਹੀ ਹੈ ਵੀ ਆਪਾਂ ਇਹ ਚੀਜ਼ ਵੀ ਪੂਰੀ ਕਰਕੇ ਦੇਖੀਏ, ਤੇ ਜੇ ਆਪਣੇ ਫਾਰਮ ਤੇ ਉੱਤੇ ਇਹ ਚੀਜ਼ ਦਾ ਹੱਲ ਹੁੰਦਾ ਤਾਂ ਇਹ ਤੁਹਾਡੇ ਨਾਲ ਵੀ ਜ਼ਰੂਰ ਸਾਂਝਾ ਕਰਾਂਗੇ, ਸ਼ੇਅਰ ਕਰਾਂਗੇ, ਠੀਕ ਹੈ। ਕਿਉਂਕਿ ਕਹਿੰਦੇ ਹੁੰਦੇ ਇਹ ਚੀਜ਼ਾਂ ਵੰਡੇ ਤੋਂ ਹੀ ਜ਼ਿਆਦਾ ਵੱਧਦੀਆਂ। ਅੱਜ ਮੈਂ ਤੁਹਾਨੂੰ ਦੱਸੂ ਮੇਰੀ ਯਾਦਾਸ਼ਤ ਵੀ ਬਣੀ ਰਹੂਗੀ ਤਾਂ ਵੀਡੀਓ ਵੀ ਇੱਕ ਸੇਵ ਬਣ ਜਾਂਦੀ ਹੈ ਹੈ ਨਾ, ਇਹ ਚੀਜ਼ਾਂ ਦਾ ਵੀ ਬਹੁਤ ਅੰਤਰ ਪੈ ਜਾਂਦਾ। ਹੁਣ ਇਹਦੀ ਧਾਰ ਦੀ ਵਾਰੀ ਹੈ ਕਿਉਂਕਿ ਥੋੜ੍ਹਾ ਜਿਹਾ ਇਹਨੂੰ ਚਾਟ ਪਾਉਣੇ ਹੁੰਦੇ ਆ ਬੱਚਾ ਮਰਨ ਕਰਕੇ, ਅਤੇ ਮਾੜਾ ਜਿਹਾ ਫਿਰ ਪਹਾੜੇ 'ਤੇ ਲਾਉਣੀਆਂ ਪੈਂਦੀਆਂ ਆਮ ਵਿੱਚ, ਪਹਾੜਾ ਕਹਿੰਦਾ ਸਾਡੇ ਚਾਟ ਕਹਿੰਦੇ ਵੀ ਚਾਟ 'ਤੇ ਲੈ ਲਿਆ ਜਾਨਵਰ। ਤਾਂ ਠੀਕ ਆ ਜੀ ਬਾਈ, ਸਤਿ ਸ਼੍ਰੀ ਅਕਾਲ। ਅਤੇ ਇੱਕ ਚੀਜ਼ ਦਿਖਾਉਣਾ ਹੈ ਗਾਹਾਂ ਨੂੰ, ਆਹ ਦੇਖਾਂਗੇ ਮਾਵਾਂ ਧੀਆਂ, ਮੇਰੇ ਹਿਸਾਬ ਦੇ ਨਾਲ ਗਾਹਾਂ ਨੂੰ ਆਹਦੀ ਮਾਂ ਨੂੰ ਵੱਧ ਦੁੱਧ ਕੱਢੂਗੀ, ਯਕੀਨ ਹੀ ਹੈ ਇਹਦੇ ਉੱਤੇ। ਬਾਕੀ ਪਤਾ ਲੱਗੂ ਹੋ ਸਕਦਾ ਲੀਟਰ ਤੋਂ ਲੀਟਰ ਘੱਟ ਵੀ ਦੇ ਜੇ, ਜਿਵੇਂ 18.5 4-4.5 ਲੀਟਰ ਦੇ ਇਹਨੇ, ਮਤਲਬ ਆਪਾਂ ਕੀਤਾ ਸੂਏ ਦੇ ਹਿਸਾਬ ਦੇ ਨਾਲ, ਅਤੇ ਉਵੇਂ ਜੇ ਕਰੀ ਇਹ ਆਪਦੀ ਮਾਂ ਤੋਂ ਯਕੀਨ ਨਹੀਂ ਵੱਧ ਦੁੱਧ ਕੱਢ ਸਕਦੇ ਤੀਜੇ ਸੂਏ। ਬਾਕੀ ਹੁਣ ਗਾਹਾਂ ਨੂੰ ਆਪਾਂ ਨੂੰ ਪਤਾ ਲੱਗੂਗਾ ਵੀ ਕੀ ਹੈ। ਧੰਨਵਾਦ ਕਰ ਦਿਓ ਜੀ ਸ਼ੇਅਰ ਵੱਧ ਤੋਂ ਵੱਧ ਹੈ ਨਾ, ਹੋਰ ਵੀ ਜਿਹੜੇ ਸਾਰੇ ਫਾਰਮੂਲੇ ਆ ਅਤੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਿਹਾ ਕਰਾਂਗੇ ਜਿਹੜਾ ਵੀ ਫਾਰਮੂਲਾ ਮਿਲਦਾ।